ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਬਣਾਵਾਂਗੇ ਜੀ ਦਹੀਂ ਭੱਲੇ ਤੁਹਾਨੂੰ ਸਿਖਾਵਾਂਗੇ ਦਹੀਂ ਭੱਲੇ ਕਿਵੇਂ ਬਣਾਉਣੇ ਆ ਜੀ ਦਹੀਂ ਭੱਲੇ ਬਣਾਉਣ ਲਈ ਅਸੀਂ ਮੂੰਗ ਦਾਲ ਤੇ ਉਰਦ ਦਾਲ ਮਿਕਸ ਕਰਕੇ ਰਾਤ ਭਰ ਭਿਉਂ ਕੇ ਰੱਖੀ ਆ ਜੀ ਤੁਸੀਂ ਇਹਨੂੰ 4 ਤੋਂ 5 ਘੰਟੇ ਵੀ ਭਿਉਂ ਕੇ ਰੱਖ ਸਕਦੇ ਹੋ ਜੀ ਰਾਤ ਭਰ ਭਿਉਂ ਕੇ ਜਿਆਦਾ ਨਰਮ ਹੋ ਜਾਂਦੀ ਹੈ ਜਿਆਦਾ ਦਹੀਂ ਭੱਲੇ ਵਧੀਆ ਬਣਦੇ ਆ ਜੀ ਹੁਣ ਅਸੀਂ ਇਹ ਜਿਹੜੀ ਭੁੰਤੀ ਹਿੱਦਾਲ ਆ ਇਹਨੂੰ ਇਦਾਂ ਦਾ ਪਾਣੀ ਸਾਰਾ ਨਿਚੋੜ ਕੇ ਇਹਨੂੰ ਇੱਕ ਆਪਣੇ ਜਾਰ ਦੇ ਵਿੱਚ ਮਿਕਸੀ ਦੇ ਵਿੱਚ ਪਾ ਲੈਣਾ ਜੀ ਮਤਲਬ ਪਾਣੀ ਇਹਦਾ ਨਿਚੋੜ ਕੇ ਪਾਉਣਾ ਜੀ ਜਿਆਦਾ ਤੁਹਾਡੇ ਕੋਲ ਦਾਲ ਆ ਤਾਂ ਤੁਸੀਂ 2-3 ਸਟੈਪਾਂ ਦੇ ਵਿੱਚ ਇਹਨੂੰ ਗ੍ਰਾਈਂਡ ਕਰ ਲੈਣਾ ਜੀ ਪਾਣੀ ਇੱਦਾਂ ਬਿਲਕੁਲ ਤੁਹਾਡਾ ਨਿਚੋੜਿਆ ਹੋਇਆ ਹੋਣਾ ਚਾਹੀਦਾ ਜੀ ਜੇਕਰ ਸਾਨੂੰ ਪਾਣੀ ਦੀ ਲੋੜ ਹੋਊਗੀ ਤਾਂ ਅਸੀਂ ਬਾਅਦ ਦੇ ਵਿੱਚ ਇਹਨੂੰ ਇੱਕ ਦੋ ਚਮਚੇ ਦੇ ਵਿੱਚ ਪਾਣੀ ਦੇ ਐਡ ਕਰ ਸਕਦੇ ਹਾਂ ਜੀ ਪਹਿਲਾਂ ਅਸੀਂ ਤਾਂ ਪਾਣੀ ਪਾਉਣ ਤੋਂ ਮਨਾ ਕਰ ਰਹੇ ਹਾਂ ਫਿਰ ਇਹ ਜਿਆਦਾ ਜੇ ਇਹਦਾ ਪਤਲਾ ਬੈਟਰ ਹੋ ਜਾਂਦਾ ਜੀ ਫਿਰ ਪੱਲਾ ਸਾਡਾ ਨਹੀਂ ਸਹੀ ਬਣਦਾ ਇਦੇ ਵਿੱਚ ਥੋੜੇ ਜਿ ਤਿੱਖੇਪਣ ਲਈ ਅਸੀਂ ਹਰੀ ਮਿਰਚ ਐਡ ਕਰਾਂਗੇ ਜੀ ਤੁਸੀਂ ਆਪਣਾ ਟੇਸਟ ਅਕੋਰਡਿੰਗ ਹਰੀ ਮਿਰਚ ਜਿਹੜੀ ਐਡ ਕਰਨੀ ਹੈ ਜੀ ਤੇ ਹਰੀ ਮਿਰਚ ਅਸੀਂ ਦੋ ਹਰੀਆਂ ਮਿਰਚਾਂ ਪਹਿਲਾਂ ਐਡ ਕਰਾਂਗੇ ਜੀ ਦੋ ਅਸੀਂ ਅਗਲੀ ਵਾਰ ਜਦੋਂ ਦਾਲ ਗ੍ਰाइंड ਕਰਾਂਗੇ ਉਹਦੇ ਵਿੱਚ ਪਾਵਾਂਗੇ ਜੀ ਹੁਣ ਤੁਸੀਂ ਆਪਣਾ ਇਹਨੂੰ ਬੰਦ ਕਰਕੇ ਜਾਰ ਨੂੰ ਚਲਾ ਲੈਣਾ ਜੀ ਪੇਸਟ ਆਪਣਾ ਤਿਆਰ ਕਰ ਲੈਣਾ ਜੀ ਚੈੱਕ ਕਰ ਲੈਣਾ ਅਗਰ ਨਹੀਂ ਹੋਇਆ ਤਾਂ ਪਾਣੀ ਐਡ ਕਰ ਲਓ ਥੋੜਾ ਜਿਹਾ 1 ਤੋਂ 1/2 ਚਮਚਾ ਜੀ ਫਿਰ ਤੁਸੀਂ ਇਹਨੂੰ ਦੁਬਾਰਾ ਬੰਦ ਕਰਕੇ ਚਲਾ ਕੇ ਆਪਣਾ ਪੇਸਟ ਤਿਆਰ ਕਰ ਲੈਣਾਗਾ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਪੇਸਟ ਜਿਹੜਾ ਬਿਲਕੁਲ ਤਿਆਰ ਹੋ ਚੁੱਕਿਆ ਜੀ ਹੁਣ ਅਸੀਂ ਇਹਨੂੰ ਇੱਕ ਖਾਲੀ ਬਰਤਨ ਦੇ ਵਿੱਚ ਕੱਢ ਲਵਾਂਗੇ ਜੀ ਕੱਢਣ ਤੋਂ ਬਾਅਦ ਜਿਹੜੀ ਸਾਡੀ ਰੈਂਦੀ ਦਾਲ ਹੈ ਬਚੀ ਹੋਈ ਉਹ ਵੀ ਪਾ ਕੇ ਇਸੇ ਤਰ੍ਹਾਂ ਹਰੀ ਮਿਰਚ ਪਾ ਕੇ ਵਿੱਚ ਗ੍ਰाइंड ਕਰ ਲਵਾਂਗੇ ਜੀ ਬੈਟਰ ਸਾਡਾ ਬਹੁਤ ਸੋਹਣਾ ਤਿਆਰ ਹੋਇਆ ਤੁਸੀਂ ਆਪੇ ਦੇਖ ਸਕਦੇ ਹੋ ਜੀ ਸਾਰਾ ਬੈਟਰ ਇਦਾਂ ਤਿਆਰ ਕਰ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਲੂਣ ਐਡ ਕਰਾਂਗੇ ਜੀ ਅਗਰ ਕਿਸੇ ਨੂੰ ਜੀਰਾ ਪਸੰਦ ਆ ਉਹ ਵੀ ਐਡ ਕਰ ਸਕਦਾ ਜੀ ਲੂਣ ਤੁਸੀਂ ਆਪਣੇ ਟੇਸਟ ਅਕੋਰਡਿੰਗ ਐਡ ਕਰਨਾਗਾ ਜੀ ਲੂਣ ਐਡ ਕਰਨ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਹੱਥ ਦੇ ਨਾਲ ਨਾ ਫੈਂਟਣਾਗਾ ਜੀ ਤੁਸੀਂ ਇਸ ਨੂੰ ਫੈਂਟਣਾ ਇੱਕੋ ਡਾਇਰੈਕਸ਼ਨ ਦੇ ਵਿੱਚ ਆ ਤਾਂ ਜੋ ਇਹਦੇ ਵਿੱਚ ਇੱਕ ਤਰ੍ਹਾਂ ਦੀ ਹਵਾ ਭਰ ਸਕੇ ਜਿਆਦਾ ਫਲਫੀ ਹੋ ਜਾਵੇ ਘੱਟੋ ਘੱਟ ਇਹਨੂੰ 10 ਮਿੰਟ ਫੈਂਟਣਾਗਾ ਜੀ ਬਹੁਤ ਵਧੀਆ ਇਹਦਾ ਪੇਸਟ ਤਿਆਰ ਹੁੰਦਾਗਾ ਜੀ ਤੁਸੀਂ ਦੇਖ ਸਕਦੇ ਹੋ ਫੈਂਟ ਕੇ ਸਾਡਾ ਜਿਹੜਾ ਬੈਟਰ ਹੈ ਬਿਲਕੁਲ ਤਿਆਰ ਹੋ ਚੁੱਕਿਆ ਜੀ ਬਹੁਤ ਜ਼ਿਆਦਾ ਇਹ ਫਲਫੀ ਹੋ ਗਿਆ ਹੁਣ ਆਪਾਂ ਭੱਲੇ ਬਣਾਉਣ ਦੀ ਤਿਆਰੀ ਕਰਦੇ ਹਾਂ ਜੀ ਭੱਲੇ ਬਣਾਉਣ ਲਈ ਅਸੀਂ ਇੱਕ ਕੜਾਈ ਦੇ ਵਿੱਚ ਪਾ ਕੇ ਤੇਲ ਗਰਮ ਕਰ ਲਿਆ ਜੀ ਤੇਲ ਸਾਡਾ ਬਿਲਕੁਲ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਭੱਲੇ ਪਾਉਣੇ ਆ ਪੱਲੇ ਪਾਉਣ ਲਈ ਤੁਸੀਂ ਇੱਕ ਕੌਲੀ ਦੇ ਵਿੱਚ ਜੀ ਪਾਣੀ ਲੈ ਲੈਣਾ ਪਾਣੀ ਦਾ ਹੱਥ ਲਾ ਕੇ ਫਿਰ ਤੁਸੀਂ ਪੱਲਾ ਪਾਉਣਾਗਾ ਇਹਦੇ ਨਾਲ ਜਿਹੜਾ ਸਾਡਾ ਪੇਸਟ ਸਾਡੇ ਹੱਥ ਦੇ ਨਾਲ ਨਹੀਂ ਚਿੱਕਦਾ ਹੈਗਾ ਸਾਡੇ ਪੱਲੇ ਨੇ ਜਿਹੜੇ ਉਹ ਈਜ਼ੀਲੀ ਵਿੱਚ ਤੇਲ ਦੇ ਜਾ ਹੀ ਜਾਂਦੇ ਨੇ ਜੀ ਥੋੜਾ ਪੇਸਟ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਜਿਆਦਾ ਗਾੜਾ ਵੀ ਨਹੀਂ ਹੋਣਾ ਚਾਹੀਦਾ ਜੀ ਜਿਆਦਾ ਪਤਲਾ ਜਿਹੜਾ ਆਪਣਾ ਤੇਲ ਹੁੰਦਾਗਾ ਉਹ ਸੌਰੀ ਜਿਹੜਾ ਆਪਣਾ ਜਿਆਦਾ ਪਤਲਾ ਪੇਸਟ ਹੁੰਦਾਗਾ ਜੀ ਉਹ ਤੇਲ ਜਿਆਦਾ ਪੀਂਦਾ ਹੈਗਾ ਜੀ ਹਾਰਡ ਦੇ ਫਿਰ ਤੁਸੀਂ ਸੋਚੀ ਸਕਦੇ ਹੋ ਹਾਰਡ ਪੇਸਟ ਦੇ ਜਿਆਦਾ ਹਾਰਡ ਭੱਲੇ ਬਣਨਗੇ ਜੀ ਪੱਲੇ ਤੁਸੀਂ ਦੇਖੋ ਸਾਡੇ ਕਿੰਨੇ ਵਧੀਆ ਫੁੱਲ ਰਹੇ ਨੇ ਜੀ ਗੈਸ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ ਗੈਸ ਆ ਜਿਹੜਾ ਆਪਣਾ ਮੀਡੀਅਮ ਫਲੇਮ ਤੇ ਹੋਣਾ ਚਾਹੀਦਾ ਜੀ ਲੋ ਵੀ ਨਹੀਂ ਹੋਣਾ ਚਾਹੀਦਾ ਹਾਈ ਵੀ ਨਹੀਂ ਹੋਣਾ ਚਾਹੀਦਾ ਹਾਈ ਨਾਲ ਜਿਹੜੇ ਸਾਡੇ ਪੱਲੇ ਹੁੰਦੇ ਆ ਬਾਹਰ ਤੋਂ ਸੜ ਜਾਂਦੇ ਆ ਜੀ ਵਿੱਚੋਂ ਕੱਚੇ ਰਹਿ ਜਾਂਦੇ ਆ ਲੋ ਨਾਲ ਫਿਰ ਸਾਡੇ ਪੱਲੇਆਂ ਨੂੰ ਪੱਕਣ ਨੂੰ ਟਾਈਮ ਵੀ ਬਹੁਤ ਲੱਗਦਾ ਤੇ ਉਹਨਾਂ ਦੇ ਵਿੱਚ ਤੇਲ ਬਹੁਤ ਜ਼ਿਆਦਾ ਚਲਾ ਜਾਂਦਾ ਜੀ ਫਿਰ ਉਹ ਖਾਣ ਚ ਵੀ ਇੰਨੇ ਜ਼ਿਆਦਾ ਆਪਣੇ ਲਈ ਨਹੀਂ ਸਹੀ ਹੈਗੇ ਜੀ ਪੱਲੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਣ ਕੇ ਤਿਆਰ ਹੋ ਚੁੱਕੇ ਨੇ ਜੀ ਹੁਣ ਆਪਾਂ ਆਪਣਾ ਜਿਹੜਾ ਪੇਸਟ ਰਹਿੰਦਾ ਉਹ ਵੀ ਇਸ ਤਰ੍ਹਾਂ ਉਹਦੇ ਵੀ ਪੱਲੇ ਤਿਆਰ ਕਰ ਲਵਾਂਗੇ ਜੀ। ਇਹਦਾ ਇੱਕ ਇੱਕ ਕਰਕੇ ਪਾ ਕੇ ਉਹ ਵੀ ਬਸ ਤਿਆਰ ਕਰਕੇ ਸਾਰੇ ਪੱਲੇ ਆਪਾਂ ਫਿਰ ਤੁਹਾਨੂੰ ਦਿਖਾਉਣੇ ਆ ਅੱਗੇ ਜੀ। ਕਿੱਦਾਂ ਪੈਨ ਨੂੰ ਅੱਗੇ ਤਿਆਰ ਕਰਨਾਗਾ ਜੀ। ਪੱਲੇ ਆਪਣੇ ਸਾਰੇ ਬਣ ਕੇ ਤਿਆਰ ਹੋ ਚੁੱਕੇ ਨੇ ਜੀ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਫਲਫੀ ਬਣੇ ਆ ਜੀ। ਸਪੰਜੀ ਨੇ ਬਹੁਤ ਜ਼ਿਆਦਾ ਨਰਮ ਬਣੇ ਨੇਗੇ। ਹੁਣ ਆਪਾਂ ਪੱਲਿਆਂ ਦੇ ਵਿੱਚ ਪਾਣੀ ਪਾਉਣਾਗਾ ਜੀ ਪਾਣੀ ਆਪਾਂ ਪਾਉਣ ਲਈ ਇੱਕ ਖਾਲੀ ਭਾਂਡਾ ਲੈ ਲਿਆ ਜੀ ਇਹਦੇ ਵਿੱਚ ਆਪਾਂ 1 ਤੋਂ 1.5 ਲੀਟਰ ਪਾਣੀ ਪਾ ਕੇ ਥੋੜਾ ਇਹਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਜੀ ਨਮਕ ਐਡ ਕਰਕੇ ਆਪਾਂ ਇਹਨੂੰ ਗੈਸ ਔਨ ਕਰਕੇ ਜੀ ਇਹਨੂੰ ਗੈਸ ਤੇ ਰੱਖ ਦਵਾਂਗੇ ਜੀ ਆਪਾਂ ਪਾਣੀ ਨੂੰ ਆਪਾਂ ਨੇ ਗਰਮ ਕਰ ਲੈਣਾ ਚੰਗੀ ਤਰ੍ਹਾਂ ਪਾਣੀ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਗਰਮ ਕਰਨਾ ਰੱਖਤਾ ਇਹ ਬਿਲਕੁਲ ਗਰਮ ਹੋ ਚੁੱਕਿਆ ਜੀ 5 ਮਿੰਟ ਇਹਨੂੰ ਗਰਮ ਕਰ ਲਿਆ ਜੀ ਹੁਣ ਗੈਸ ਦੀ ਫਲੇਮ ਆਪਾਂ ਆਫ ਕਰਕੇ ਇਹਦੇ ਵਿੱਚ ਭੱਲੇ ਆਪਾਂ ਐਡ ਕਰ ਦਾਂਗੇ ਜੀ ਭੱਲਿਆਂ ਨੂੰ ਤੁਸੀਂ ਅੱਧਾ ਘੰਟਾ ਇਹਨਾਂ ਦੇ ਵਿੱਚ ਜੀ ਇਦਾਂ ਪਾਣੀ ਦੇ ਵਿੱਚ ਭਿਉਂ ਕੇ ਰੱਖਣਾ ਜੀ ਤੁਸੀਂ ਇਹਨੂੰ ਕਿਸੇ ਵੀ ਆਪਣੇ ਮਤਲਬ ਪਲੇਟ ਦੇ ਨਾਲ ਉੱਪਰੋਂ ਕਵਰ ਕਰਕੇ ਰੱਖ ਸਕਦੇ ਹੋ ਜਲਦੀ ਜ ਮਤਲਬ ਇਹ ਨਰਮ ਹੋ ਜਾਣਗੇ ਜੀ ਹੁਣ ਆਪਾਂ ਭੱਲਿਆਂ ਦੇ ਵਿੱਚ ਪਾਉਣ ਲਈ ਦਹੀਂ ਤਿਆਰ ਕਰਦੇ ਹਾਂ ਜੀ ਅਸੀਂ 1 ਲੀਟਰ ਦੁੱਧ ਦਾ ਦਹੀਂ ਲਿਆ ਜੀ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਦਾਣਾ ਚੀਨੀ ਵੀ ਐਡ ਕਰ ਸਕਦੇ ਆ ਜੀ ਤੇ ਆਪਾਂ ਜਿਹੜੀ ਪੀਸੀ ਹੋਈ ਚੀਨੀ ਆ ਉਹ ਵੀ ਐਡ ਕਰ ਸਕਦੇ ਆ ਜੀ ਅਸੀਂ ਪੀਸੀ ਹੋਈ ਚੀਨੀ ਲਈ ਹੈ ਜੀ ਐਡ ਕਰਨ ਦੇ ਲਈ ਇਹਨੂੰ ਐਡ ਕਰਕੇ ਚੀਨੀ ਨੂੰ ਵਿੱਚ ਤੁਸੀਂ ਇਹਨੂੰ ਕਿਸੇ ਗ੍ਰਾਈਂਡਰ ਦੀ ਮਦਦ ਦੇ ਨਾਲ ਗ੍ਰਾਈਂਡ ਕਰਨਾ ਹੈਗਾ ਜੀ ਬਿਲਕੁਲ ਇਹ ਸਾਡਾ ਦਹੀਂ ਜਿਹੜਾ ਉਦਾਂ ਹੁੰਦਾ ਫੁੱਟਾਂ ਵਾਲਾ ਦਹੀਂ ਹੁੰਦਾ ਭੱਲਿਆਂ ਵਾਲਾ ਦਹੀਂ ਹੁੰਦਾ ਜਿਹੜਾ ਕਰੀਮੀ ਹੁੰਦਾ ਜੀ ਤੁਸੀਂ ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਇਦਾਂ ਤੁਸੀਂ ਹੈਂਡ ਬਲੈਂਡਰ ਦੀ ਮਦਦ ਨਾਲ ਵੀ ਕਰ ਸਕਦੇ ਹੋ ਜੀ ਉਹਦੇ ਨਾਲ ਥੋੜਾ ਜਿਆਦਾ ਪਤਲਾ ਹੋ ਜਾਂਦਾ ਐਦਾਂ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਇਹਨੂੰ ਕਰ ਸਕਦੇ ਹੋ ਅਸੀਂ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਕਿੰਨਾ ਜਿਆਦਾ ਵਧੀਆ ਦਹੀਂ ਆ ਜਿਹੜਾ ਆਪਣਾ ਬਣ ਕੇ ਤਿਆਰ ਹੋਊਗਾ ਜੀ ਬਿਲਕੁਲ ਕਰੀਮੀ ਤੁਸੀਂ ਦੇਖੋਗੇ ਇਹ ਬਸ ਕੰਮ ਨੂੰ 1 ਤੋਂ 2 ਮਿੰਟ ਲੱਗਦੇ ਨੇ ਜੀ 1 ਤੋਂ 2 ਮਿੰਟ ਦੇ ਵਿੱਚ ਵਿੱਚ ਇਹ ਸਾਡਾ ਜਿਹੜਾ ਬੈਟਰ ਆ ਬਿਲਕੁਲ ਤਿਆਰ ਹੋ ਜਾਂਦਾ ਜੀ ਤੁਸੀਂ ਆਪ ਹੀ ਦੇਖ ਲਓ ਕਿੰਨੀ ਜ਼ਿਆਦਾ ਵਧੀਆ ਦਹੀਂ ਹੈ ਜਿਹੜੀ ਉਹ ਕਰੀਮੀ ਬਣ ਕੇ ਤਿਆਰ ਹੋਈ ਹੈ ਜੀ ਆਪਣੇ ਭੱਲੇ ਵੀ ਆਲਮੋਸਟ ਉਧਰ ਪਾਣੀ ਦੇ ਵਿੱਚ ਡਿੱਪ ਹੋ ਕੇ ਬਿਲਕੁਲ ਤਿਆਰ ਹੋ ਚੁੱਕੇ ਹੋਣਗੇ ਜੀ ਉਹਨਾਂ ਨੂੰ ਵੀ ਆਪਾਂ ਨਿਚੋੜਦਿਆਂ ਕੱਢ ਕੇ ਬਿਲਕੁਲ ਬਣੇ ਪਏ ਨੇ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਜ਼ਿਆਦਾ ਸਪੰਜੀ ਨੇਗੇ ਇਹਨਾਂ ਦਾ ਪਾਣੀ ਤੁਸੀਂ ਇਸ ਤਰ੍ਹਾਂ ਨਿਚੋੜ ਕੇ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਕੱਢ ਲੈਣਾਗਾ ਜੀ ਜੇ ਤੁਹਾਨੂੰ ਵਿੱਚ ਥੋੜਾ ਪਾਣੀ ਪਸੰਦ ਆ ਤੁਸੀਂ ਘੱਟ ਨਿਚੋੜ ਲਿਓ ਜੇ ਤੁਹਾਨੂੰ ਨਹੀਂ ਪਸੰਦਦਾ ਤੁਸੀਂ ਚੰਗੀ ਤਰ੍ਹਾਂ ਭੱਲਿਆਂ ਨੂੰ ਪਾਣੀ ਦੇ ਵਿੱਚੋਂ ਨਿਚੋੜ ਕੇ ਬਾਹਰ ਕੱਢ ਕੇ ਇੱਕ ਬੌਲ ਦੇ ਵਿੱਚ ਸਾਰੇ ਰੱਖ ਲੈਣੇ ਨੇ ਜੀ ਬਾਕੀ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਵੀ ਇਹਦੀ ਕਿੱਦਾਂ ਪਲੇਟਿੰਗ ਕਰਨੀ ਹੈ ਜੀ ਇਹਦੀ ਪਲੇਟਿੰਗ ਕਰਨ ਦੇ ਲਈ ਸਾਨੂੰ ਜੀਰੇ ਪਾਊਡਰ ਦੀ ਜ਼ਰੂਰਤ ਹੁੰਦੀ ਹੈ ਜੀ ਦਹੀਂ ਦੀ ਚਾਹੀਦੀ ਹੁੰਦੀ ਹੈ ਤੇ ਆਪਣੀ ਖੱਟੀ ਮਿੱਠੀ ਇਮਲੀ ਦੀ ਚਟਣੀ ਚਾਹੀਦੀ ਹੁੰਦੀ ਹੈ ਜੀ ਇੱਕ ਆਪਣੀ ਹਰੀ ਧਨੀਏ ਪੁਦੀਨੇ ਦੀ ਚਟਣੀ ਚਾਹੀਦੀ ਹੁੰਦੀ ਹੈਗੇ ਜੀ ਅਗਰ ਤੁਸੀਂ ਉਹ ਵੀਡੀਓ ਦੇਖਣੀ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਕਿਸੇ ਵੀ ਚਟਣੀ ਦੀ ਰੈਸਪੀ ਮਤਲਬ ਦੇਖਣਾ ਚਾਹੁੰਦੇ ਹੋ ਇਮਲੀ ਦੀ ਚਟਣੀ ਜਾਂ ਕੋਈ ਆਪਣੇ ਹਰੇ ਧਨੀਏ ਦੀ ਚਟਣੀ ਅਸੀਂ ਜ਼ਰੂਰ ਦੱਸਾਂਗੇ ਜੀ ਤੁਹਾਨੂੰ ਹੁਣ ਆਪਾਂ ਕਰਦੇ ਹਾਂ ਜੀ ਪਲੇਟਿੰਗ ਆਪਾਂ ਪਲੇਟ ਦੇ ਵਿੱਚ ਤਿੰਨ ਤੋਂ ਚਾਰ ਭੱਲੇ ਲੈ ਲੈਣੇ ਜੀ ਜੀ ਤੁਸੀਂ ਆਪਣੀ ਮਤਲਬ ਆਪਣੇ ਅਕੋਰਡਿੰਗ ਲੈ ਲੈਣੇ ਨੇ ਜਿੰਨੇ ਵੀ ਲੈਣੇ ਨੇ ਜੀ ਫਿਰ ਆਪਾਂ ਇਹਦੇ ਉੱਪਰ ਪਾਉਨੇ ਆ ਜੀ ਆਪਣਾ ਕਰੀਮੀ ਦਹੀਂ ਦਹੀਂ ਨਾਲ ਇਹਨਾਂ ਨੂੰ ਆਪਾਂ ਕਵਰ ਕਰ ਦੇਣਾਗਾ ਜੀ ਚੰਗੀ ਤਰ੍ਹਾਂ ਕਵਰ ਕਰਨ ਤੋਂ ਬਾਅਦ ਵਧੀਆ ਤੁਸੀਂ ਦਹੀਂ ਪਾਉਣਾਗਾ ਜੀ ਦਹੀਂ ਨਾਲ ਇਹ ਸਵਾਦ ਲੱਗਦੇ ਨੇ ਸਾਰਾ ਖੱਟਾ ਮਿੱਠਾ ਟੇਸਟ ਹੋ ਜਾਂਦਾ ਜੀ ਬੱਚਿਆਂ ਨੂੰ ਵੈਸੇ ਵੀ ਦਹੀਂ ਇਮਲੀ ਸਾਰਾ ਕੁਝ ਇਹ ਜ਼ਿਆਦਾ ਪਸੰਦ ਹੁੰਦਾਗਾ ਜੀ ਫਿਰ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਆਪਣੀ ਹਰੀ ਚਟਣੀ ਧਨੀਆ ਪੁਦੀਨੇ ਦੀ ਉਹ ਵੀ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਪਾਉਣੀ ਆ ਥੋੜੀ ਬਹੁਤ ਹੀ ਸਾਨੂੰ ਥੋੜੀ ਜੀ ਬੱਚੇ ਘੱਟ ਲਾਈਕ ਕਰਦੇ ਨੇ ਇਸ ਕਰਕੇ ਅਸੀਂ ਥੋੜੀ ਪਾਵਾਂਗੇ ਜੀ ਹੁਣ ਇਸ ਦੇ ਉੱਪਰ ਆਪਾਂ ਜੀਰੇ ਦਾ ਜਿਹੜਾ ਆਪਣਾ ਫਰੈਸ਼ ਜੀਰੇ ਦਾ ਪਾਊਡਰ ਬਣਾਇਆ ਜੀ ਉਹ ਪਾਵਾਂਗੇ ਇਹਦੇ ਵਿੱਚ ਥੋੜਾ ਕਾਲਾ ਲੂਣ ਐਡ ਕੀਤਾ ਹੋਇਆ ਸਾਡਾ ਉਹ ਪਾਉਣ ਤੋਂ ਬਾਅਦ ਜੀ ਹੁਣ ਆਪਾਂ ਜਿਹੜੀ ਇਮਲੀ ਦੀ ਆਪਣੀ ਖੱਟੀ ਮਿੱਠੀ ਚਟਣੀ ਆ ਘਰੇ ਬਣਾਈ ਹੋਈ ਇਸ ਤੋਂ ਬਾਅਦ ਆਪਾਂ ਉੱਪਰ ਉਹ ਐਡ ਕਰਾਂਗੇ ਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਕਿੰਨੀ ਜ਼ਿਆਦਾ ਵਧੀਆ ਇਹਦੀ ਪਲੇਟਿੰਗ ਹੋ ਰਹੀ ਆ ਬਣੇ ਵੀ ਬਹੁਤ ਜ਼ਿਆਦਾ ਵਧੀਆ ਨੇ ਜੀ ਬਾਕੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਘਰੇ ਜ਼ਰੂਰ ਬੱਚਿਆਂ ਨੂੰ ਖਿਲਾਇਓ ਬੱਚੇ ਕਿਉਂਕਿ ਅੱਜ ਕੱਲ ਖਾਂਦੇ ਤਾਂ ਇਹ ਜਿਹੇ ਆ ਸਾਰੀਆਂ ਚੀਜ਼ਾਂ ਖਾਂਦੇ ਨਹੀਂ ਫਿਰ ਉਹ ਬਾਹਰ ਦੀਆਂ ਖਾਣਾ ਪਸੰਦ ਕਰਦੇ ਨੇ ਅਗਰ ਅਸੀਂ ਨਹੀਂ ਬਣਾ ਕੇ ਦਿੰਦੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਥੈਂਕ ਯੂ ਜੀ ਵੀਡੀਓ ਦੇਖਣ ਲਈ